ਇੱਕ ਬਹੁਤ ਵੱਡੀ ਐਕਟਰੈਸ ਜਿਹਨਾਂ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ, ਬਹੁਤ ਸਾਰੀਆਂ ਵੀਡੀਓ ਦੇ ਵਿੱਚ, ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਵਿੱਚ, ਜਿਹਨਾਂ ਵਿੱਚ ਟੋਚਨ, ਤੀਜੇ ਵੀਕ, ਇਹਨਾਂ ਗੀਤਾਂ ਦੇ ਵਿੱਚ ਐਜ਼ ਏ ਮਾਡਲ ਵੇਖਿਆ ਸਾਡੇ ਕੋਲ ਬਹੁਤ ਮਾਣ ਨਾਲ ਅਤੇ ਬੜੀ ਸ਼ਾਨ ਨਾਲ ਇਸ ਦਰਬਾਰ ਦੇ ਵਿੱਚ ਮੱਥਾ ਟੇਕਣ ਵਾਸਤੇ ਉਚੇਚੇ ਤੌਰ 'ਤੇ ਪੁੱਜੇ ਨੇ ਸੋਨੀਆ ਮਾਨ ਜੀ। ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਪਲੀਜ਼ ਇੱਕ ਵਾਰ ਮੰਚ 'ਤੇ ਆਉਣ ਅਤੇ ਸੰਗਤ ਉਹਨਾਂ ਦੇ ਦਰਸ਼ਨ ਕਰ ਲਵੇ। ਸੋਨੀਆ ਮਾਨ ਜੀ ਪਲੀਜ਼ ਮੰਚ 'ਤੇ ਆਉਣ, ਕਿਉਂਕਿ ਦਰਬਾਰ ਵੱਲੋਂ ਹੁਕਮ ਆਇਆ ਇੱਕ ਵਾਰ ਉਹਨਾਂ ਨੂੰ ਇੰਟਰੋਡਿਊਸ ਕਰਵਾ ਦਈਏ, ਸਾਰੀ ਸੰਗਤ ਉਹਨਾਂ ਦੇ ਦਰਸ਼ਨ ਕਰ ਲਵੇ। ਸੋਨੀਆ ਮਾਨ ਜੀ ਉੱਗੀ ਐਕਟਰੈਸ, ਪੰਜਾਬ ਦੀ ਫੇਮਸ ਐਕਟਰੈਸ ਸਾਡੇ ਕੋਲ ਪੁੱਜੇ ਨੇ, ਇੱਕ ਵਾਰ ਦਰਸ਼ਨ ਜ਼ਰੂਰ ਕਰ ਲਓ ਜੀ ਸੰਗਤ ਦੀ। ਜ਼ੋਰਦਾਰ ਤਾਲੀਆਂ ਦੇ ਨਾਲ ਉਹਨਾਂ ਦਾ ਆਪਾਂ ਸਵਾਗਤ ਕਰੀਏ ਜੀ। ਆਉਣ ਵਾਲੀਆਂ ਬਹੁਤ ਸਾਰੀਆਂ ਫਿਲਮਸ ਦੇ ਵਿੱਚ ਇਹਨਾਂ ਨੂੰ ਐਜ਼ ਏ ਐਕਟਰੈਸ ਤੁਸੀਂ ਵੇਖੋਗੇ। ਇਹਨਾਂ ਦੇ ਨਾਲ ਫੈਨੀ ਭੱਲਾ ਜੀ ਵੀ ਆਏ ਹੈ, ਸੋ ਇਹਨਾਂ ਦਾ ਵੀ ਸਵਾਗਤ ਹੈ। ਇੱਕ ਵਾਰ ਇਹਨਾਂ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ। ਥੈਂਕ ਯੂ ਵੇਰਮਾ ਜੀ, ਸ਼ੁਕਰੀਆ ਮਿਹਰਬਾਨੀ। ਸੋ ਇਸੇ ਤਰ੍ਹਾਂ ਲਗਾਤਾਰ ਅਫਸਾਨਾ ਖਾਨ ਜੀ ਤੁਹਾਡਾ ਮਨੋਰੰਜਨ ਕਰਦੇ ਰਹਿਣਗੇ, ਅਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਪਲੀਜ਼ ਤੁਸੀਂ ਅੱਗੇ ਗੈਲਰੀ ਦੇ ਵਿੱਚ ਬੈਠਣ ਦੀ ਕਿਰਪਾ ਤਾਂ ਕਰੋ ਜੀ। ਦੋ ਸ਼ਬਦ ਜ਼ਰੂਰ ਜ਼ਰੂਰ ਸਾਡੇ ਨਾਲ ਸਾਂਝੇ ਕਰਨਗੇ, ਦੋ ਕੁ ਦਿਲ ਦੀਆਂ ਗੱਲਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੁੰਦੇ ਨੇ। ਸੋਨੀਆ ਮਾਨ ਜੀ ਜੈ ਮਸਤਾਂ ਦੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਇੱਥੇ ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਸਲਾਮ ਮੇਰੇ ਵੱਲੋਂ ਜਿੰਨੇ ਵੀ ਸਾਰੇ ਇੱਥੇ ਆਏ ਨੇ ਔਰ ਜਿੰਨੇ ਪੀਰ ਫਕੀਰ ਡਿਫਰੈਂਟ ਸ਼ਹਿਰਾਂ ਤੋਂ ਆਏ ਨੇ। ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਲੱਕੀ ਮੰਨਦੀ ਹਾਂ ਕਿ ਅੱਜ ਮੈਂ ਬਾਪੂ ਜੀ ਦੇ ਡੇਰੇ 'ਤੇ ਇਸ ਮੰਚ 'ਤੇ ਖੜ੍ਹੀ ਹੋ ਕੇ ਬੋਲ ਰਹੀ ਹਾਂ, ਸਾਈਂ ਜੀ ਦੀ ਮਿਹਰ ਆ। ਸੋ ਤੁਸੀਂ ਮੈਨੂੰ ਦੇਖ ਬਹੁਤ ਸਾਰਾ ਪਿਆਰ ਦਿੱਤਾ ਮੇਰੇ ਗਾਣਿਆਂ 'ਚ, ਮੇਰੀਆਂ ਫਿਲਮਾਂ ਦੇ ਵਿੱਚ, ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਈਂ ਜੀ ਦੀ ਮਿਹਰ ਦੇ ਨਾਲ ਮੈਨੂੰ ਮੇਰੀ ਹਿੰਦੀ ਫਿਲਮ ਆ ਰਹੀ ਹੈ ਹੈਪੀ ਹਾਰਡੀ ਹੀਰ, ਜੇ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋਗੇ। ਸੋ ਜਿਹੜਾ ਮੈਂ ਹੀਰ ਦਾ ਰੋਲ ਨਿਭਾ ਰਹੀ ਹਾਂ, ਸਾਈਂ ਜੀ ਦੀ ਫੇਵਰੇਟ ਸੀਗੀ ਹੀਰ ਰਾਂਝਾ। ਸੋ ਸਾਈਂ ਜੀ ਦੀ ਮਿਹਰ ਦੇ ਨਾਲ ਮੈਨੂੰ ਇਹ ਫਿਲਮ ਮਿਲੀ ਆ, ਬਾਪੂ ਜੀ ਦੀ ਮਿਹਰ ਦੇ ਨਾਲ ਮੈਨੂੰ ਇਹ ਫਿਲਮ ਮਿਲੀ ਆ। ਮੇਰੀ ਪਹਿਲੀ ਹਿੰਦੀ ਫਿਲਮ ਸੈਪਟੈਂਬਰ ਦੇ ਵਿੱਚ ਆਊਗੀ, ਜਿਹਦੇ ਵਿੱਚ ਮੈਂ ਹੀਰ ਦਾ ਕਿਰਦਾਰ ਨਿਭਾ ਰਹੀ ਹਾਂ। ਸੋ ਮੇਰੀ ਇਹ ਰਿਕੁਐਸਟ ਆ ਤੁਹਾਡੀ ਸਾਰਿਆਂ ਤੋਂ, ਰਾਂਝਾ ਨੇ ਮੇਰੇ ਨਾਲ ਹਿਮੇਸ਼ ਸ਼ਮਿਆ ਜੀ, ਸੋ ਸਾਡੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਮਿਊਜ਼ਿਕ ਕੰਪੋਜ਼ਰ ਐਕਟਰ। ਸੋ ਮੈਂ ਆਪਣੇ ਆਪ ਨੂੰ ਐਕਚੁਅਲੀ ਬਹੁਤ ਲੱਕੀ ਫੀਲ ਕਰਦੀ ਹਾਂ ਕਿ ਸਾਈਂ ਜੀ ਅਤੇ ਬਾਪੂ ਜੀ ਦੀ ਮਿਹਰ ਦੇ ਨਾਲ ਜੋ ਮੈਂ ਬਾਲੀਵੁੱਡ ਤੱਕ ਪਹੁੰਚ ਸਕੀ ਔਰ ਉੱਥੇ ਜਾ ਕੇ ਯੂ ਨੋ ਉਹ ਵੀ ਇੰਨਾ ਪਾਕ ਸ਼ਬਦ ਹੀਰ, ਜੇ ਅਸੀਂ ਜਿਵੇਂ ਗੁਰਦਾਸ ਮਾਨ ਜੀ ਨੇ, ਹੰਸ ਜੀ ਨੇ ਆਪਣੇ ਗਾਣਿਆਂ ਦੇ ਵਿੱਚ ਫਰਮਾਇਆ ਆ, ਔਰ ਉਹ ਵਾਲਾ ਰੋਲ ਮੈਨੂੰ ਦਾਤਾ ਜੀ ਨੇ ਬਖਸ਼ਿਆ ਹੈ। ਸੋ ਮੈਂ ਉਸ ਚੀਜ਼ ਦੀ ਬਹੁਤ ਹੀ ਧੰਨਵਾਦ ਹਾਂ ਔਰ ਤਹਿ ਦਿਲੋਂ ਐਕਚੁਅਲੀ ਸ਼ੁਕਰੀਆ ਅਦਾ ਕਰਦੀ ਹਾਂ ਔਰ ਤੁਹਾਡੇ ਸਾਰਿਆਂ ਦਾ, ਬਿਕੋਜ਼ ਤੁਹਾਡੇ ਸਾਰਿਆਂ ਕਰਕੇ ਅੱਜ ਮੈਂ ਇੱਥੇ ਹਾਂ ਔਰ ਮੈਨੂੰ ਇੰਨਾ ਮਾਣ ਬਖਸ਼ਿਆ ਜਾ ਰਿਹਾ। ਸੋ ਮੈਂ ਇਹ ਐਕਸਪੈਕਟ ਕਰੂੰਗੀ ਕਿ ਸੈਪਟੈਂਬਰ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਹੈਪੀ ਹਾਰਡੀ ਹੀਰ, ਪਲੀਜ਼ ਤੁਸੀਂ ਸਾਰੇ ਜਾਣੇ ਜਾਇਓ ਅਤੇ ਪਿਆਰ ਬਖਸ਼ਿਓ। ਦੈਟਸ ਇਟ। ਬਹੁਤ ਬਹੁਤ ਥੈਂਕ ਜੀ ਜੀ, ਠੀਕ ਹੈ ਜੀ। ਸੋ ਮੈਂ ਸੋਨੀਆ ਮਾਨ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਇੱਥੇ ਪਹੁੰਚਣ 'ਤੇ, ਤੁਸੀਂ ਸਜਦਾ ਕਰਨ ਵਾਸਤੇ ਆਏ ਹੋ, ਬਹੁਤ ਬਹੁਤ ਥੈਂਕਸ।